एक ओंकार सतनाम करता पुरख नेर पौ नेर वैर अकाल मूरत अजूनी सैपं गुर प्रसाद अमृत बाणी हर हर तेरी सुन सुन होवे परम गत मेरी जलन बुझी शीतल होए मनुआ सत गुर का दर्शन पाए जियो बाणी गुरु गुरु है बाणी विच बाणी अमृत सारे गुरबाणी कहे सेवक जन माने प्रतख गुरु निस्तारे बाणी गुरु शब्द गुरु ज्ञान गुरु धन धन गुरु ग्रंथ साहिब सच्चे पातशाह जी दी पावन हजूरी दे अंदर जुड़ बैठे गुरु सवारे हो वड्या भागा वाले हाँ कि जिन्हां नूं सतगुरु सच्चे पातशाह जी दी पावन हजूरी दे अंदर बैठ के कुछ घड़ियां गुरमत विचारां सांझियां करन दा सुभागा समा प्राप्त होया है। कोई भी रसना वांझी ना रहे आओ सब तो पहला गुरु फतेह नाल सांझ पाईए फतेह प्रवान करो जी। वाहगुरु जी का खालसा वाहगुरु जी की फतेह। आओ सब तो पहला आपां जिहड़ियां पंक्तियां पढ़िया ने एक बार आपां सारे ही इन्हां पंक्तियां नूं गा के भी पढ़िए तां जो साडी सुरत एक बार फिर तो एकागर हो सके। उस तो बाद आपां गुरबाणी दी विचार नूं समझण दा यतन करदे हां। अमृत बाणी हर हर तेरी अमृत बाणी हर हर तेरी सुन सुन होवे परम गत मेरी सुन सुन होवे परम गत मेरी जलन बुझी शीतल होए मनुआ जलन बुझी शीतल होए मनुआ सत गुर का दर्शन पाए जियो सत गुर का दर्शन पाए जियो धन गुरु अर्जन साहब महाराज जी ने बड़ी ही प्यारी विचार बख्शिश कीती है। अमृत बाणी हर हर तेरी हे रब जी हे अकाल पुरख जी हो तुहाडी रब्बी बाणी है ना जिहड़ी इहदे अंदर एक बड़ी करामात है। एक तो वह करामात है ना जिन्हों जादुई ढंग दे नाल पेश कीता गया कुछ स्टोरीज बना दित्तियां गईयां कुछ कहानियां बना दित्तियां गईयां उन्हां करामातां दे उत्ते गुरबाणी यकीन नहीं करदी जिहड़ियां जादुई ढंग दे नाल मैजिक वालियां गल्लां ने जिहड़ियां वह गल्लां बनाईयां गईयां गुरबाणी उन्हां ते यकीन नहीं करदी। गुरबाणी असल करामात पता किनूं मंदी है। एक बंदा विकारां दे अंदर फसिया पिया पर जदों वह सच दी विचार लै लैंदा है जदों वह रब्बी गुणा नूं सिख जांदा है रब्बी गुणा दे मुताबक अपने जीवन नूं जिउणा शुरू कर दिंदा है उहदे जीवन दे अंदर जदों तब्दीली आ जांदी है ना गुरबाणी कहिंदी है इत्थे वापरी है असल च करामात। जिवें सज्जन ठग सीगा सारी जिंदगी उहने की कीता ठगियां मारियां बेईमानियां कीतियां ने
ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਉਹ ਸ਼ਬਦ ਸੁਣਦਾ ਹੈ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਜਦੋਂ ਸ਼ਬਦ ਸੁਣਿਆ, ਸ਼ਬਦ ਦੀ ਵਿਚਾਰ ਗੁਰੂ ਪਾਤਸ਼ਾਹ ਦੇ ਕੋਲੋਂ ਸੁਣੀ ਹੋਵੇਗੀ, ਸੱਚ ਕਰਕੇ ਜਾਣਿਓ ਉਹ ਸੱਜਣ ਠੱਗ, ਸੱਜਣ ਠੱਗ ਨਹੀਂ ਰਿਹਾ, ਉਹ ਭਾਈ ਸੱਜਣ ਹੋ ਗਿਆ। ਆਹ ਵਾਪਰੀ ਜੀ ਅਸਲ 'ਚ ਕਰਾਮਾਤ, ਆਹ ਹੈ ਕਰਾਮਾਤ। ਇੱਥੇ ਕੋਈ ਡੰਡੀ ਨਹੀਂ ਹਿਲਾਈ, ਇੱਥੇ ਕੋਈ ਮੈਜਿਕ ਨਹੀਂ ਕੀਤਾ ਗਿਆ, ਇਸ ਰੱਬੀ ਬਾਣੀ ਨੇ, ਇਸ ਸੱਚ ਦੀ ਵਿਚਾਰ ਨੇ ਬੰਦੇ ਦੀ ਸੋਚ ਹੀ ਚੇਂਜ ਕਰਕੇ ਰੱਖ ਦਿੱਤੀ। ਇਸ ਤੋਂ ਵੱਡੀ ਕਰਾਮਾਤ ਪੂਰੀ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੈਗੀ ਜੀ। ਆਹ ਹੈ ਕਰਾਮਾਤ, ਆਹ ਹੈ ਬਾਣੀ ਦੀ ਕਰਾਮਾਤ। ਤਾਂ ਗੁਰੂ ਸਾਹਿਬ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਹੇ ਮੇਰੇ ਰੱਬ ਜੀ ਇਹ ਤੁਹਾਡੀ ਜਿਹੜੀ ਅੰਮ੍ਰਿਤਮਈ ਬਾਣੀ ਹੈ ਨਾ, ਇਹ ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਜਿਹੜੀ ਅੰਮ੍ਰਿਤਮਈ ਬਾਣੀ ਹੈ, ਜਦੋਂ ਇਹਨੂੰ ਕੋਈ ਸੁਣਦਾ ਹੈ ਨਾ, ਤਾਂ ਹੁੰਦਾ ਕੀ ਹੈ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਹਨੂੰ ਕੋਈ ਸੁਣ ਲਵੇ, ਅਤੇ ਸੁਣਨ ਦਾ ਮਤਲਬ ਇਹ ਨਾ ਸੋਚਿਓ ਵੀ ਕੰਨਾਂ 'ਚ ਆਵਾਜ਼ ਪੈ ਰਹੀ ਹੈ ਅਤੇ ਆਪਾਂ ਕਿਹਾ ਜੀ ਆਪਾਂ ਤਾਂ ਸੁਣ ਲਿਆ। ਸੁਣਿਆ ਤਦ ਤੱਕ ਪ੍ਰਵਾਨ ਨਹੀਂ ਜੇ ਹੁੰਦਾ ਜਦ ਤੱਕ ਸੁਣੀ ਹੋਈ ਗੱਲ ਨੂੰ ਮੰਨਿਆ ਨਾ ਜਾਵੇ। ਸੁਣਨ ਤੋਂ ਬਾਅਦ ਮੰਨਣਾ ਬਹੁਤ ਅਹਿਮ ਹੈ। ਜੇ ਤਾਂ ਕੇਵਲ ਸੁਣਿਆ ਹੀ ਹੈ ਵੀ ਇੱਧਰ ਕੰਨ 'ਚ ਆਵਾਜ਼ ਪਈ, ਦੂਜੇ ਕੰਨ 'ਚੋਂ ਗੱਲ ਬਾਹਰ ਕੱਢ ਦਿੱਤੀ, ਕੋਈ ਲਾਭ ਨਹੀਂ ਉਹਦਾ। ਤੁਸੀਂ ਆਪਣੇ ਬੱਚੇ ਨੂੰ ਵੀ ਕੋਈ ਕੰਮ ਆਖੋ ਨਾ ਅਤੇ ਸੁਣ ਲਵੇ ਪਰ ਉਹ ਕਰੇ ਨਾ, ਅਤੇ ਤੁਸੀਂ ਕਹਿ ਹੀ ਦਿੰਦੇ ਹੋ ਉਹ ਤੈਨੂੰ ਸੁਣਾਈ ਨਹੀਂ ਦਿੰਦਾ, ਕਹਿ ਦਿੰਦੇ ਹੋ ਨਾ ਤੈਨੂੰ ਸੁਣਾਈ ਨਹੀਂ ਦਿੰਦਾ। ਹੁਣ ਅੱਗੇ ਉਹ ਆਖੇ ਵੇਖੋ ਜੀ ਮੈਂ ਤਾਂ ਸੁਣਿਆ, ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਸੁਣਾਈ ਨਹੀਂ ਦਿੰਦਾ? ਆਪਾਂ ਕਹਾਂਗੇ ਠੀਕ ਹੈ ਤੇਰੇ ਕੰਨਾਂ 'ਚ ਆਵਾਜ਼ ਪਈ ਹੈ ਪਰ ਤੂੰ ਮੰਨਿਆ ਤਾਂ ਹੈ ਨਹੀਂ। ਸੁਣਨ ਦਾ ਭਾਵ ਹੀ ਅਸਲ 'ਚ ਇਹ ਹੈ ਵੀ ਜਿਹੜੀ ਗੱਲ ਤੁਹਾਡੇ ਕੰਨਾਂ 'ਚ ਪਈ ਹੈ ਉਸ ਗੱਲ ਨੂੰ ਮੰਨਣਾ ਵੀ ਸ਼ੁਰੂ ਕਰ ਦਈਏ। ਅਤੇ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣ ਲਿਆ ਹੈ ਅਤੇ ਸੁਣ ਕੇ ਮੰਨਣਾ ਆਰੰਭ ਕਰ ਦਿੱਤਾ ਹੈ ਨਾ, ਸੁਣ ਸੁਣ ਹੋਵੇ, ਕਹਿੰਦੇ ਹੁੰਦਾ ਕੀ ਹੈ ਫਿਰ, ਪਰਮ ਗਤ ਮੇਰੀ। ਪਰਮ ਗਤ ਦਾ ਮਤਲਬ ਉੱਚੀ ਆਤਮਕ ਅਵਸਥਾ, ਉਸ ਮਨੁੱਖ ਦੀ ਫਿਰ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਹਿਮ ਪਰਮ ਕਰਮ ਕਾਂਡ ਮਨ ਮੱਤਾਂ ਇਹ ਉਹਦੇ ਉੱਤੇ ਹਾਵੀ ਨਹੀਂ ਹੋ ਸਕਦੀਆਂ, ਕਿਉਂਕਿ ਇਹ ਸਾਰੀਆਂ ਬੜੀਆਂ ਨੀਵੇਂ ਲੈਵਲ ਦੀਆਂ ਗੱਲਾਂ ਨੇ, ਪਰ ਉਹਦੀ ਅਵਸਥਾ ਉੱਚੀ ਹੋ ਗਈ ਹੈ। ਉਹ ਸੱਚ ਨਾਲ ਜੁੜ ਗਿਆ, ਉਹ ਰੱਬ ਨਾਲ ਜੁੜ ਗਿਆ, ਉਹ ਰੱਬੀ ਗੁਣਾਂ ਦੇ ਨਾਲ ਜੁੜ ਗਿਆ, ਉਹ ਸਤ ਸੰਤੋਖ ਦਇਆ ਧਰਮ ਧੀਰਜ ਦੇ ਨਾਲ ਜੁੜ ਗਿਆ, ਜਿਹਦੇ ਬਾਰੇ 'ਚ ਕਬੀਰ ਜੀ ਕਹਿੰਦੇ, ਕਹਿੰਦੇ ਮੈਨੂੰ ਮਾਣ ਹੈ ਮੇਰੀ ਉਹ ਅਵਸਥਾ ਬਣੀ ਹੈ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਪਏ ਹੈ। ਕਹਿੰਦੇ ਰਾਮ ਉਹ ਰੱਬ ਅਕਾਲ ਪੁਰਖ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਰਮਿਆ ਹੋਇਆ ਅਤੇ ਮੈਂ ਕਬੀਰ ਹੁਣ ਏਕ ਹੀ ਹੋ ਗਏ ਹਾਂ। ਪਤਾ ਕਿਵੇਂ, ਇੱਥੇ ਕੋਈ ਸਰੀਰ ਚੇਂਜ ਨਹੀਂ ਹੋ ਗਿਆ ਉਹਨਾਂ ਦਾ, ਕਬੀਰ ਜੀ ਦਾ ਭਾਵ ਜਿਹੜੇ ਗੁਣ ਰੱਬ ਦੇ ਵਿੱਚ ਨੇ ਉਹ ਸਾਰੇ ਦੇ ਸਾਰੇ ਗੁਣ ਮੇਰੇ ਵਿੱਚ ਵੀ ਆ ਗਏ ਨੇ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ, ਹੁਣ ਤਾਂ ਪਛਾਣੇ ਨਹੀਂ ਜਾਂਦੇ ਕਿਉਂਕਿ ਹਉਮੈ ਮੇਰੇ ਅੰਦਰ ਰਹਿ ਹੀ ਨਹੀਂ ਗਈ। ਮੈਂ ਤਾਂ ਉਸ ਮਾਲਕ ਦੇ ਵਿੱਚ, ਉਸ ਅਕਾਲ ਪੁਰਖ ਦੇ ਵਿੱਚ ਇੱਕ ਮਿੱਕ ਹੋ ਗਿਆ ਹਾਂ। ਅਤੇ ਗੁਰੂ ਸਵਾਰਿਓ ਇੱਕ ਗੱਲ ਚੇਤੇ ਰੱਖਿਓ, ਜਿਸ ਮਨੁੱਖ ਨੂੰ ਉਸ ਅਕਾਲ ਪੁਰਖ ਦੇ ਵਿੱਚ ਇੱਕ ਮਿੱਕ ਹੋਣਾ ਆ ਜਾਵੇ ਨਾ, ਜਿਹੜਾ ਗੁਰੂ ਦੇ ਕੋਲੋਂ ਇਹ ਟੈਕਨੀਕ ਸਿੱਖ ਲਵੇ, ਫਿਰ ਅੱਗੇ ਪਤਾ ਕੀ ਹੁੰਦਾ, ਪੜ੍ਹੋ ਨਾ ਤੁਸੀਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅਗਲੀ ਗੱਲ ਕੀ ਹੈ, ਜਲਨ ਬੁਝੀ, ਆਹ ਹੈ ਸਭ ਤੋਂ ਇੰਪੋਰਟੈਂਟ ਗੱਲ। ਜਿਹੜਾ ਕਹਿੰਦਾ ਨਾ ਮੈਂ ਰੱਬ ਨਾਲ ਜੁੜਿਆ, ਮੈਂ ਗੁਰੂ ਨਾਲ ਜੁੜਿਆ, ਸਭ ਤੋਂ ਅਹਿਮ ਗੱਲ ਹੈ, ਗੁਰੂ ਪਾਤਸ਼ਾਹ ਕਹਿੰਦੇ ਉਹਦੇ ਅੰਦਰੋਂ ਜਲਨ ਬੁਝ ਜਾਂਦੀ ਹੈ, ਜਲਨ ਬੁਝੀ। ਅਤੇ ਦੂਜੀ ਗੱਲ, ਸ਼ੀਤਲ ਹੋਏ ਮਨੂਆ, ਮਨ ਦੇ ਅੰਦਰ ਸ਼ੀਤਲਤਾ ਆ ਗਈ, ਜਲਨ ਬੁਝ ਗਈ। ਅੱਛਾ ਹੁਣ ਤੁਸੀਂ ਵੇਖੋ ਜ਼ਰਾ, ਜਿਹੜੇ ਬੜੀਆਂ ਟਾਰਾਂ ਮਾਰਨ ਵਾਲੇ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਜੀ ਖਾਲਸੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ, ਸਾਡੇ ਤੋਂ ਵੱਧ ਤਾਂ ਗੁਰੂ ਦੇ ਨਾਲ ਕੋਈ ਪਿਆਰ ਹੀ ਨਹੀਂ ਕਰਦਾ। ਸਾਡੇ ਪਹਿਰਾਵੇ ਵੱਲ ਵੇਖੋ, ਸਾਡੇ ਚੋਲੇ ਵੱਲ ਵੇਖੋ, ਸਾਡੇ ਦੁਮਾਲੇ ਵੱਲ ਵੇਖੋ, ਸਾਡੀ ਕਿਰਪਾਨ ਵੱਲ ਵੇਖੋ,
ਜਿਹੜੇ ਦਾਅਵੇ ਕਰਦੇ ਫਿਰਦੇ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਜਿਹੜੇ ਲੋਕ ਆਪਣੇ ਆਪ ਨੂੰ ਵੱਡੇ ਸਿੱਖ ਸਮਝਦੇ ਨੇ, ਵੱਡੇ ਖਾਲਸੇ ਸਮਝਦੇ ਨੇ, ਜਰਾ ਲਾਗੇ ਹੋ ਕੇ ਝਾਤੀ ਮਾਰ ਕੇ ਵੇਖਿਓ, ਇਹ ਜਲਨ ਬੁਝੀ ਵਾਲੀ ਗੱਲ ਹਜੇ ਤੱਕ ਦਿਸਦੀ ਨਹੀਂ ਉੱਥੇ, ਜਲਨ ਬੁਝੀ ਵਾਲੀ ਗੱਲ ਦਿਸਦੀ ਨਹੀਂ। ਉਹ ਕਹਿ ਰਹੇ ਨੇ ਵੀ ਅਸੀਂ ਬੜੇ ਵੱਡੇ ਖਾਲਸੇ ਹਾਂ, ਉਹ ਕਹਿ ਰਹੇ ਨੇ ਵੀ ਅਸੀਂ ਬੜੇ ਵੱਡੇ ਸਿੱਖ ਹਾਂ, ਪਰ ਜਲਨ ਤਾਂ ਬੁਝੀ ਨਹੀਂ ਅਜੇ ਤੱਕ, ਉਹ ਤਾਂ ਸੜ ਰਹੇ ਨੇ। ਪ੍ਰਚਾਰਕ ਦੀ, ਜਿਹੜਾ ਪ੍ਰਚਾਰਕ ਸੱਚ ਦੀ ਗੱਲ ਕਰਦਾ ਹੋਵੇ ਉਹਦੀ ਫੋਟੋ ਵੀ ਵੇਖ ਲੈਣਗੇ, ਅਤੇ ਉੱਥੇ ਫੋਟੋ ਵੇਖ ਕੇ ਵੀ ਮਾਂ ਭੈਣ ਦੀਆਂ 10-15 ਗਾਲਾਂ ਕੱਢ ਦੇਣਗੇ। ਇਹ ਹਾਲਾਤ ਨੇ ਨਾ ਸਾਡੇ, ਸਤਿਕਾਰਯੋਗ ਭੈਣ ਜੀ ਬੈਠੇ ਨੇ ਪਿੱਛੇ, ਜੇ ਇੱਕ ਬੰਦਾ ਇਹਨਾਂ ਦੇ ਖਿਲਾਫ ਵੀ ਬੋਲਿਆ, ਮਤਲਬ ਤੁਸੀਂ ਹਾਲਾਤ ਵੇਖੋ। ਲੋਕਾਂ ਦੇ ਕੋਲੋਂ ਅੱਜ ਸੱਚ ਸੁਣਨਾ ਬੜਾ ਔਖਾ ਹੋਇਆ ਪਿਆ, ਜੇ ਸੱਚ ਸੁਣ ਕੇ ਲੋਕਾਂ ਦੇ ਅੰਦਰ ਜਲਨ ਪੈਦਾ ਹੋ ਰਹੀ, ਇਹੋ ਜਿਹੜੇ ਆਪਣੇ ਆਪ ਨੂੰ ਵੱਡੇ ਧਰਮੀ ਅਖਵਾਉਂਦੇ ਨੇ ਨਾ, ਸਾੜਾ ਪੈਦਾ ਹੋ ਰਿਹਾ ਇਹਨਾਂ ਦੇ ਅੰਦਰ, ਜਲਨ ਪੈਦਾ ਹੋ ਰਹੀ। ਕਾਰਨ ਪਤਾ ਕੀ ਹੈ? ਦੁਕਾਨਦਾਰੀਆਂ ਅਸਲ 'ਚ ਬੰਦ ਹੋ ਰਹੀਆਂ ਨੇ। ਜਦੋਂ ਦੁਕਾਨਾਂ ਦੇ ਸ਼ਟਰ ਥੱਲੇ ਨੂੰ ਡਿੱਗਦੇ ਨੇ ਨਾ, ਇਹਨਾਂ ਲੋਕਾਂ ਨੂੰ ਇਸ ਗੱਲ ਦੀ ਪੀੜ ਮੱਚਦੀ ਹੈ ਵੀ ਸਾਡੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ ਨੇ, ਆਮ ਸੰਗਤ ਜਿਹੜੀ ਹੈ ਉਹਨੇ ਸਹਿਜ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਜੇ ਇਹਨਾਂ ਨੇ ਸਹਿਜ ਪਾਠ ਕਰਨਾ ਸ਼ੁਰੂ ਕਰ ਦਿੱਤਾ, ਇਹ ਬਾਣੀ ਨੂੰ ਸਮਝ ਗਏ, ਇਹਨਾਂ ਨੇ ਬਾਣੀ ਨੂੰ ਵਿਚਾਰ ਲਿਆ, ਅਤੇ ਸਾਡੀਆਂ ਝੂਠੀਆਂ ਕਹਾਣੀਆਂ ਸੁਣੇਗਾ ਕੌਣ? ਸਾਡੀ ਦੁਕਾਨਦਾਰੀ ਚੱਲੇਗੀ ਕਿਵੇਂ ਫਿਰ? ਕਿਉਂਕਿ ਹਜੇ ਤੱਕ ਇਹਨਾਂ ਨੇ ਸਾਡੇ ਅੰਦਰ ਕੁਝ ਕੁ ਸਟੋਰੀਜ਼ ਪਾਈਆਂ ਇਹੋ ਜਿਹੀਆਂ, ਅਤੇ ਆਪਣੀਆਂ ਦੁਕਾਨਦਾਰੀਆਂ ਬੜੇ ਸੋਹਣੇ ਢੰਗ ਨਾਲ ਤੋਰੀਆਂ ਹੋਈਆਂ ਸੀ, ਅਤੇ ਸਾਨੂੰ ਰੱਬੀ ਬਾਣੀ ਤੋਂ ਦੂਰ ਰੱਖਿਆ ਹੋਇਆ ਸੀ। ਜਿਵੇਂ ਇੱਕ ਕਹਾਣੀ ਆਮ ਹੀ ਸੁਣਾਈ ਜਾਂਦੀ ਹੈ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਮਾਂ, ਇੱਕ ਸਿੱਖ ਜਿਹੜਾ ਹੈ ਨਾ ਉਹ ਬਾਣੀ ਪੜ੍ਹਦਾ ਪਿਆ, ਅਤੇ ਉਹ ਬਾਣੀ ਪੜ੍ਹਦਾ ਪਿਆ ਅਤੇ ਉਹਨੇ ਪਤਾ ਇੱਕ ਪੰਕਤੀ ਪੜ੍ਹੀ ਗੁਰਬਾਣੀ ਵਿੱਚੋਂ, ਕਰਤੇ ਕੀ ਮਿਤ ਕਰਤਾ ਜਾਣੈ, ਹੈਗਾ ਇਹ ਗੁਰਬਾਣੀ ਵਿੱਚ ਕਹਿ ਜਾਣੇ ਗੁਰਸੂਰਾ, ਪਰ ਕਹਾਣੀ ਸੁਣਾਉਣ ਵਾਲੇ ਕਹਿੰਦੇ ਨੇ ਵੀ ਉੱਥੇ ਉਸ ਸਿੱਖ ਨੇ ਪੜ੍ਹ ਦਿੱਤਾ ਕੇ ਜਾਣੇ ਗੁਰਸੂਰਾ, ਵੀ ਕਹਿ ਸੀਗਾ ਕੇ ਪੜ੍ਹ ਦਿੱਤਾ, ਮਾਤਰਾ ਦੀ ਗਲਤੀ ਹੋ ਗਈ। ਤਾਂ ਕਹਿੰਦੇ ਜੀ ਦੂਜੇ ਸਿੱਖ ਨੇ ਸੁਣ ਲਿਆ ਵੀ ਇਹਨੇ ਮਾਤਰਾ ਦੀ ਗਲਤੀ ਕੀਤੀ ਹੈ, ਦੂਜਾ ਸਿੱਖ ਜਿਹੜਾ ਸੀ ਉਹ ਭੱਜਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਗਿਆ, ਅਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਪਾਤਸ਼ਾਹ ਉੱਥੇ ਕਹਿ ਸੀਗਾ ਇਹ ਸਿੱਖ ਨੇ ਕੇ ਪੜ੍ਹ ਦਿੱਤਾ, ਤਾਂ ਕਹਿੰਦੇ ਜੀ ਅੱਗਿਓਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਵੀ ਜਾਓ ਜਾ ਕੇ ਉਹਦੇ ਦੋ ਚਪੇੜਾਂ ਲਾ ਕੇ ਆਓ। ਕਹਿੰਦੇ ਜੀ ਉਹ ਸਿੱਖ ਨੱਠਿਆ ਨੱਠਿਆ ਗਿਆ, ਉਹਨੇ ਜਾ ਕੇ ਦੋ ਚਪੇੜਾਂ ਲਾਈਆਂ, ਅਤੇ ਅੱਗਿਓਂ ਦੀ ਉਹਨੂੰ ਵੀ ਗੁੱਸਾ ਚੜਿਆ ਵੀ ਕਿਉਂ ਲਾਈਆਂ, ਉਹ ਕਹਿੰਦਾ ਵੀ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ ਮੈਂ ਲਾਤੀਆਂ, ਇਸ ਕਰਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਦੱਸੋ ਇਸ ਸਟੋਰੀ ਤੁਹਾਨੂੰ ਸੱਚੀ ਲੱਗਦੀ ਹੈ? ਇਹ ਝੂਠੀਆਂ ਕਹਾਣੀਆਂ ਸਾਡੇ 'ਚ ਪਾਈਆਂ ਗਈਆਂ। ਮੰਨ ਲਓ ਇਹ ਕਹਾਣੀ ਜਿਹੜੀ ਹੈ ਨਾ ਤੁਸੀਂ ਆਪਣੇ ਬੱਚੇ ਨੂੰ ਸੁਣਾਓ, ਆ ਛੋਟੇ ਛੋਟੇ ਬੱਚੇ ਬੈਠੇ ਨੇ ਨਾ ਇਹਨਾਂ ਨੂੰ ਸੁਣਾਓ ਇਹ ਕਹਾਣੀ, ਫਿਰ ਇਹਨਾਂ ਦੇ ਹੱਥ ਵਿੱਚ ਜਪਜੀ ਸਾਹਿਬ ਦਾ ਗੁਟਕਾ ਦਿਓ, ਠੀਕ ਹੈ ਜੀ, ਇਹਨਾਂ ਦੇ ਹੱਥ ਦੇ ਵਿੱਚ ਜਪਜੀ ਸਾਹਿਬ ਦਾ ਗੁਟਕਾ ਦਿਓ ਅਤੇ ਆਖੋ ਇਹਨਾਂ ਨੂੰ ਲੈ ਬੱਚੇ ਪਾਠ ਕਰ। ਤੁਹਾਡਾ ਬੱਚਾ ਕੀ ਕਹੇਗਾ? ਉਹ ਕਹੇਗਾ ਮੰਮੀ ਡੈਡੀ ਉਸ ਸਿੱਖ ਦੇ ਕੋਲੋਂ ਤਾਂ ਇੱਕ ਮਾਤਰਾ ਦੀ ਗਲਤੀ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਪੇੜਾਂ ਮਰਵਾ ਦਿੱਤੀਆਂ, ਅਤੇ ਮੈਂ ਤਾਂ ਪਾਠ ਹੀ ਪਹਿਲੀ ਵਾਰੀ ਕਰਨਾ, ਮੇਰੇ ਕੋਲ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਹੋ ਜਾਣੀਆਂ, ਮੇਰਾ ਕੀ ਹਾਲ ਹੋਊਗਾ? ਆਪਣਾ ਗੁਟਕਾ ਆਪਣੇ ਕੋਲ ਰੱਖੋ, ਮੈਂ ਬਾਣੀ ਨਹੀਂ ਪੜ੍ਹਨੀ, ਮੈਂ ਬਾਣੀ ਨਹੀਂ ਪੜ੍ਹਨੀ। ਇਹ ਝੂਠੀਆਂ ਗੱਲਾਂ ਸਾਡੇ 'ਚ ਪਾਈਆਂ ਗਈਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਨਾਲੋਂ ਤੋੜਨ ਵਾਸਤੇ, ਇਹ ਸੱਚ ਦੀ ਵਿਚਾਰ ਦੇ ਨਾਲੋਂ ਤੋੜਨ ਵਾਸਤੇ। ਉਹ ਸਾਡਾ ਗੁਰੂ ਐਡਾ ਖੂੰਖਾਰ ਹੈ ਕਿ ਉਹ ਚਪੇੜਾਂ ਮਰਵਾਉਂਦਾ ਹੋਵੇਗਾ? ਹੱਦ ਹੋ ਗਈ। ਇੱਥੇ ਬਾਣੀ ਨੂੰ ਪੜ੍ਹ ਕੇ ਵੇਖੋ, ਇੱਥੇ ਦੇ ਪਾਤਸ਼ਾਹ ਕਹਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਉਹ ਤਾਂ ਕੌੜਾ ਵੀ ਨਹੀਂ ਬੋਲਦਾ, ਚਪੇੜਾਂ ਮਾਰਨ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਇੱਥੇ ਦੇ ਪਾਤਸ਼ਾਹ ਨੇ ਆਖਿਆ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਸਤਿਗੁਰੂ ਤਾਂ ਸਾਰਿਆਂ ਦਾ ਹੀ ਭਲਾ ਮੰਗਦਾ ਜੀ, ਸਤਿਗੁਰੂ ਕਿਸੇ ਦਾ ਬੁਰਾ ਨਹੀਂ ਕਰਦਾ, ਸਤਿਗੁਰੂ ਚਪੇੜਾਂ ਨਹੀਂ ਮਰਵਾਉਂਦਾ। ਪਰ ਗੁਰੂ ਸਾਹਿਬ ਦੇ ਨਾਲ ਜੋੜ ਜੋੜ ਕੇ ਇਹ ਕਹਾਣੀਆਂ ਸਾਨੂੰ ਸੁਣਾਈਆਂ ਗਈਆਂ, ਸੁਣਾਈਆਂ ਗਈਆਂ। ਵੇਖੋ ਜਦੋਂ ਕੋਈ ਪਹਿਲੀ ਵਾਰੀ ਬਾਣੀ ਨੂੰ ਪੜ੍ਹਦਾ ਨਾ, ਹੋ ਸਕਦੀਆਂ ਨੇ ਗਲਤੀਆਂ, ਇਹ 'ਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਠੀਕ ਹੈ, ਆਪਾਂ ਬਾਣੀ ਨੂੰ ਸਿੱਖ ਲਈਏ ਵੀ ਸੋਹਣੇ ਢੰਗ ਨਾਲ ਸਾਨੂੰ ਬਾਣੀ ਪੜ੍ਹਨੀ ਆ ਜਾਵੇ। ਪਰ ਜੇ ਮੰਨ ਲਓ ਗਲਤੀ ਹੋ ਵੀ ਗਈ ਤਾਂ ਇਹ 'ਚ ਕਿਹੜੀ ਬਹੁਤੀ ਵੱਡੀ ਆਫਤ ਆ ਗਈ? ਗੁਰੂ ਜਾਣਦਾ ਹੀ ਹੈ ਨਾ। ਹੁਣ ਬੱਚਾ ਜਦੋਂ ਨਵਾਂ ਨਵਾਂ ਬੋਲਣਾ ਸ਼ੁਰੂ ਕਰਦਾ, ਉਹਦੇ ਕੋਲੋਂ ਮੰਮਾ ਪਾਪਾ ਵੀ ਸੋਹਣੇ ਢੰਗ ਨਾਲ ਨਹੀਂ ਕਿਹਾ ਜਾਂਦਾ, ਤੋਤਲੀ ਜ਼ਬਾਨ ਵਿੱਚ ਬੋਲਦਾ ਹੈ, ਅਤੇ ਕਿਸੇ ਮਾਂ ਨੇ ਆਖਿਆ ਸਹੀ ਤਰ੍ਹਾਂ ਮੰਮੀ ਕਹਿ ਦਿੰਦਾ ਚਪੇੜ ਮਾਰੂੰਗੀ, ਕਿਹਾ ਕਿਸੇ ਮਾਂ ਨੇ?
या किसी प्यो ने आख्या हो सही तरह पापा कह ले दो थप्पड़ पैने तेरे होंगे कभी बच्चा जितना मर्जी बोले सानू चंगा लगता है वह मेरे गुरु को भी चंगा लगता तू बाणी पढ़नी तो आरंभ कर भलिया गुरु को भी चंगा लगता तू पढ़नी तो आरंभ कर बस यही गल हुई जदों संगत को आख्या गया सात संगत जी आप बाणी पढ़ो आप सहज पाठ करो आप गुरमत को समझो आप गुरबाणी को विचारो जदों इस पासे संगत को तोरिया गया तो जिन्हां प्रचारकों ने यह गल आखनी आरंभ की ना उन्हां प्रचारकों तो जिहड़े डेरेदार लोग सी जिहड़े शरारती लोग सी इन्हां ने सड़ना शुरू कर दिता इन्हां नूं जलन होण लग पई भी जे संगत आप बाणी पढ़ेगी आप बाणी विचारेगी तो साडियां झूठियां कहानियां फिर कौन सुनेगा क्योंकि संगत ने बाणी पढ़ के सियाणी हो जाणा तो हजे तक तो असीं इन्हां नूं बाणी दे लागे ही नहीं सी आण दिता फिर तो इन्हां नूं ਸਾਡੇ ਵੀ ਬਾਰੇ ਸਭ ਕੁਝ ਪਤਾ ਲੱਗ ਜਾਣਾ ਕਿਉਂਕਿ ਗੁਰਬਾਣੀ ਵਿੱਚ ਇਕੱਲੀ ਇਕੱਲੀ ਗੱਲ ਜਿਹੜੀ ਉਹ ਬਿਆਨ ਕੀਤੀ ਗਈ ਹੈ ਵੇਖੋ ਇੱਕ ਬੇਨਤੀ ਕਰਾਂਗਾ ਗੁਰੂ ਸਵਾਰਿਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਪਹਿਰਾਵੇ ਨੂੰ ਮਾਨਤਾ ਨਹੀਂ ਦਿੱਤੀ ਗਈ ਜਿਹਨੂੰ ਕਿਹਾ ਜਾਂਦਾ ਨਾ ਇਹ ਧਾਰਮਿਕ ਪਹਿਰਾਵਾ ਹੈ ਗੁਰਬਾਣੀ ਨੇ ਧਾਰਮਿਕ ਪਹਿਰਾਵੇ ਨੂੰ ਟੋਟਲੀ ਕੰਡੈਮ ਕੀਤਾ ਗੁਰੂ ਸਾਹਿਬ ਨੇ ਆਖਿਆ ਮਾਥੇ ਤਿਲਕ ਹੱਥ ਮਾਲਾ ਅਤੇ ਤੀਜੇ ਨੰਬਰ 'ਤੇ ਲਫਜ਼ ਹੈ ਬਾਨਾ ਬਾਨਾ ਕਹਿੰਦੇ ਨੇ ਧਾਰਮਿਕ ਪਹਿਰਾਵਾ ਬੰਦਾ ਮੱਥੇ 'ਤੇ ਤਿਲਕ ਲਾਵੇ ਹੱਥ 'ਚ ਮਾਲਾ ਫੜੇ ਧਾਰਮਿਕ ਪਹਿਰਾਵਾ ਪਾਵੇ ਅਤੇ ਆਖੇ ਜੀ ਮੈਂ ਬੜਾ ਵੱਡਾ ਭਗਤ ਗੁਰਬਾਣੀ ਕਹਿੰਦੀ ਐਵੇਂ ਪਖੰਡ ਨਾ ਕਰ ਇਹ ਕੱਪੜੇ ਪਾਉਣ ਦੇ ਨਾਲ ਕੋਈ ਭਗਤ ਨਹੀਂ ਹੋ ਜਾਂਦਾ ਇਹ ਕੇਵਲ ਧਾਰਮਿਕ ਪਹਿਰਾਵਾ ਅਖੌਤੀ ਧਾਰਮਿਕ ਪਹਿਰਾਵਾ ਪਾਉਣ ਦੇ ਨਾਲ ਕੋਈ ਵੀ ਖਾਲਸਾ ਨਹੀਂ ਹੋ ਜਾਂਦਾ ਕੋਈ ਵੀ ਸਿੱਖ ਨਹੀਂ ਬਣ ਜਾਂਦਾ ਸਿੱਖ ਬਣਿਆ ਜਾਣਾ ਸੁਰਤ ਕਰਕੇ ਖਾਲਸਾ ਬਣਿਆ ਜਾਣਾ ਸੁਰਤ ਕਰਕੇ ਸਿੱਖ ਕਿੱਦਾਂ ਤਿਆਰ ਹੁੰਦਾ ਹੈ ਬਾਣੀ ਨੂੰ ਪੁੱਛੋ ਪਾਤਸ਼ਾਹ ਨੇ ਆਖਿਆ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਹੁਕਮ ਦੇ ਅਨੁਸਾਰ ਤੁਰਨਾ ਸ਼ੁਰੂ ਕਰਦਾ ਹੈ ਨਾ ਗੁਰਬਾਣੀ ਉਹਨੂੰ ਕਹਿੰਦੀ ਹੈ ਵੀ ਇਹ ਸਿੱਖ ਹੈ ਅਤੇ ਜਿਹੜਾ ਹੁਕਮ ਨਹੀਂ ਮੰਨਦਾ ਕੇਵਲ ਕੱਪੜੇ ਪਾਈ ਬੈਠਾ ਕੇਵਲ ਪਹਿਰਾਵਾ ਪਾਈ ਬੈਠਾ ਪਰ ਹੁਕਮ ਨਹੀਂ ਮੰਨਦਾ ਗੁਰੂ ਦੇ ਅਕੋਰਡਿੰਗ ਨਹੀਂ ਤੁਰਦਾ ਅਤੇ ਪਾਤਸ਼ਾਹ ਨੂੰ ਕਹਿਣਾ ਪਿਆ ਆਪਣੇ ਭਾਣੇ ਜਿਹੜੇ ਆਪਣੇ ਅਕੋਰਡਿੰਗ ਚੱਲਦੇ ਨੇ ਆਪਣੀ ਮਤ ਦੇ ਹਿਸਾਬ ਨਾਲ ਜਿਹੜੇ ਤੁਰਦੇ ਨੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਉਹ ਗੁਰੂ ਦੀ ਵਿਚਾਰ ਤੋਂ ਦੂਰ ਜਾ ਕੇ ਚੋਟਾਂ ਸਹੇੜਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਚੋਟਾਂ ਪੈਂਦੀਆਂ ਅਤੇ ਇਹ ਜਲਨ ਵੀ ਉਹਨਾਂ ਦੇ ਅੰਦਰ ਬਰਕਰਾਰ ਰਹਿੰਦੀ ਹੈ ਕਿਉਂਕਿ ਰੱਬੀ ਬਾਣੀ ਨਾਲ ਅੰਮ੍ਰਿਤ ਬਾਣੀ ਨਾਲ ਸਾਂਝ ਨਹੀਂ ਪਈ ਜਲਨ ਬੁਝੀ ਉਹ ਜਲਨ ਬੁਝੀ ਨਹੀਂ ਅੰਦਰੋਂ ਦੀ ਅਜੇ ਤੱਕ ਸ਼ੀਤਲ ਹੋਏ ਮਨੂਆ ਇਹ ਕੰਮ ਹੋਇਆ ਹੀ ਨਹੀਂ ਅਜੇ ਤੱਕ ਉਹ ਸਾੜਾ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਬਰਕਰਾਰ ਹੈ ਮੈਂ ਤਾਂ ਹੈਰਾਨ ਰਹਿ ਜਾਂਦਾ ਵਾਂ ਆ ਤੁਸੀਂ ਦੇਖੋ ਨਾ ਇੰਗਲੈਂਡ ਦੇ ਵਿੱਚ ਪਿੱਛੇ ਜਿਹੜੀ ਘਟਨਾ ਵਾਪਰੀ ਭਾਈ ਅਮਰੀਕ ਸਿੰਘ ਹੋਣਾ ਦੀ ਦਸਤਾਰ ਲਾਈ ਗਈ ਇਹ ਕੇਵਲ ਇੱਕ ਪ੍ਰਚਾਰਕ ਦੀ ਗੱਲ ਥੋੜ੍ਹੀ ਨਾ ਆ ਜਰਮਨੀ ਦੇ ਵਿੱਚ ਫਰੈਂਕਫਰਟ ਦੇ ਵਿੱਚ ਪਿਛਲੇ ਸਾਲ ਭਾਈ ਪੰਥਪ੍ਰੀਤ ਸਿੰਘ ਦੇ ਨਾਲ ਵੀ ਇਹੀ ਕੁਝ ਹੋਇਆ ਸੀਗਾ ਅਤੇ ਜਿਨ੍ਹਾਂ ਨੇ ਕੀਤਾ ਸੀ ਉਹ ਆਪਣੇ ਆਪ ਨੂੰ ਵੱਡੇ ਖਾਲਸੇ ਅਖਵਾਉਣ ਵਾਲੇ ਨੇ ਵੱਡੇ ਧਰਮੀ ਅਖਵਾਉਣ ਵਾਲੇ ਨੇ ਮੈਂ ਹੈਰਾਨ ਰਹਿ ਗਿਆ ਪਿੱਛੇ ਜਿਹੀ ਘਟਨਾ ਇੱਕ ਦੋ ਦਿਨ ਦੀ ਤੁਸੀਂ ਵੀ ਸ਼ਾਇਦ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਵੇਖੀ ਹੋਣੀ ਹੈ ਉੱਤਰਾਖੰਡ ਦਾ ਉਹ ਵੀਰ ਗਗਨਦੀਪ ਸਿੰਘ ਜੀ ਦਾ ਨਾਮ ਹੈ ਬੜੀ ਉਹ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਉਹ ਪੁਲਿਸ ਵਾਲਾ ਵੀਰ ਦਸਤਾਰ ਉਹਨੇ ਬੰਨੀ ਨੀਲੇ ਰੰਗ ਦੀ ਪੁਲਿਸ ਦਾ ਉਹਨੇ ਡਰੈਸ ਪਾਈ ਹੋਈ ਹੈ ਉਸ ਵੀਰ ਨੇ ਵੇਖੋ ਇੰਨੀ ਭੀੜ ਦੇ ਵਿੱਚੋਂ ਇੱਕ ਮੁਸਲਮਾਨ ਵੀਰ ਨੂੰ ਬਚਾਇਆ ਦਸਤਾਰ ਵਾਲੇ ਨੇ ਬਚਾਇਆ ਨਾ ਕਿੰਨਾ ਮਾਣ ਹਰ ਇੱਕ ਨਿਊਜ਼ ਚੈਨਲ ਦੇ ਉੱਤੇ ਉਹਦੀ ਇਹ ਖਬਰ ਚੱਲਦੀ ਪਈ ਹੈ ਸਾਰੇ ਉਹਨੂੰ ਚੰਗਾ ਕਹਿ ਰਹੇ ਨੇ ਉਹ ਵੀਡੀਓ ਕਿੰਨੀ ਸ਼ੇਅਰ ਹੋਈ ਕਿੰਨੇ ਲੱਖਾਂ ਬੰਦਿਆਂ ਨੇ ਉਹ ਵੀਡੀਓ ਜਿਹੜੀ ਹੈ ਉਹ ਵੇਖ ਲਈ ਹੈ ਹੁਣ ਇੱਕ ਦਸਤਾਰ ਵਾਲਾ ਇੱਕ ਮੁਸਲਮਾਨ ਨੂੰ ਬਚਾ ਰਿਹਾ ਪਰ ਮੈਂ ਹੈਰਾਨ ਹੋ ਜਾਂਦਾ ਵੀ ਜੇ ਸਾਡੀਆਂ ਇਹ ਖਬਰਾਂ ਵੀ ਇੱਕ ਦਸਤਾਰ ਵਾਲਾ ਹੀ ਦੂਜੇ ਦੀ ਦਸਤਾਰ ਵੀ ਲਾ ਰਿਹਾ ਜਿਵੇਂ ਭਾਈ ਅਮਰੀਕ ਸਿੰਘ ਦੇ ਨਾਲ ਹੋਇਆ ਜਿਵੇਂ ਭਾਈ ਪੰਥਪ੍ਰੀਤ ਸਿੰਘ ਦੇ ਨਾਲ ਹੋਇਆ ਜੇ ਇਹ ਖਬਰਾਂ ਕਿਤੇ ਵੱਡੇ ਲੈਵਲ ਦੇ ਉੱਤੇ ਚੱਲਣ ਲੱਗ ਪੈਣ ਤਾਂ ਆਮ ਬੰਦਾ ਤਾਂ ਸੋਚੇਗਾ ਨਾ ਵੀ ਕਮਾਲ ਦੀ ਗੱਲ ਆ ਵੀ ਇੱਕ ਦਸਤਾਰ ਵਾਲਾ ਇਹ ਮੋਨੇ ਨੂੰ ਵੀ ਬਚਾਉਂਦਾ ਅਤੇ ਇੱਕ ਪੱਗ ਵਾਲਾ ਜਿਹੜਾ ਹੈ ਇਹ ਦੂਜੇ ਦੀ ਪੱਗ ਲਾਉਂਦਾ ਇਹ ਹੈ ਕਿਹੋ ਜਿਹੇ ਬੰਦੇ ਇਹਨਾਂ 'ਚੋਂ ਕਿਹੜਾ ਸਹੀ ਹੈ ਅਤੇ ਕਿਹੜਾ ਗਲਤ ਹੈ ਸੋਚੇਗਾ ਨਾ ਅਗਲਾ ਬਸ ਗੱਲ ਅੱਜ ਇਹ ਸਮਝਣ ਵਾਲੀ ਹੈ
ਕਿ ਜਿਨ੍ਹਾਂ ਨੇ ਆਪ ਪੱਗਾਂ ਬੰਨ੍ਹ ਕੇ, ਜਿਨ੍ਹਾਂ ਨੇ ਆਪ ਦੁਮਾਲੇ ਬੰਨ੍ਹ ਕੇ ਅੱਜ ਦੂਜਿਆਂ ਦੀ ਪੱਗਾਂ ਲਾਉਣ ਦਾ ਕੰਮ ਕੀਤਾ ਹੈ ਨਾ, ਜਾਂ ਕਰ ਰਹੇ ਨੇ, ਇਨ ਫਿਊਚਰ ਵੀ ਉਹ ਕਰਨਗੇ, ਸੱਚ ਕਰਕੇ ਜਾਣਿਓ, ਉਹ ਹੋਰ ਜੋ ਮਰਜ਼ੀ ਕੁਝ ਹੋ ਸਕਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹੋ ਸਕਦੇ। ਇਹ ਗੱਲ ਚੇਤੇ ਰੱਖਿਓ, ਜਿਹੜੇ ਜ਼ੁਬਾਨ ਤੋਂ ਗਾਲਾਂ ਕੱਢਦੇ ਨੇ, ਕੁਬੋਲ ਬੋਲਦੇ ਨੇ, ਗਲਤ ਬੋਲਦੇ ਨੇ, ਹੋਰ ਜੋ ਮਰਜ਼ੀ ਕੁਝ ਹੋ ਸਕਦੇ ਨੇ, ਪਰ ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ, ਉਸ ਅਕਾਲ ਪੁਰਖ ਦੇ ਸਿੱਖ ਨਹੀਂ, ਉਹ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਪਹਿਰਾਵਾ ਪਾਉਣ ਦੇ ਨਾਲ ਕੋਈ ਸਿੱਖ ਨਹੀਂ ਹੁੰਦਾ, ਪਹਿਰਾਵਾ ਪਾਉਣ ਨਾਲ ਸਿੱਖ ਨਹੀਂ ਹੈ। ਸਿੱਖ ਕਿਵੇਂ ਬਣਿਆ ਜਾਂਦਾ? ਰੱਬੀ ਬਾਣੀ ਨਾਲ ਸਾਂਝ ਪਾ ਕੇ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਤਾਂ ਕਹਿ ਰਿਹਾ ਉਹ ਗੁਰਸਿੱਖ ਮਿੱਤਰਾ ਮੇਰੀ ਚਾਲ ਦੇ ਨਾਲ ਚਾਲ ਰਲਾ ਕੇ ਤੁਰਨਾ ਸ਼ੁਰੂ ਕਰ। ਅਤੇ ਗੁਰੂ ਕੀ ਸਿਖਾਉਂਦਾ? ਮਿੱਠਾ ਬੋਲਣਾ ਜਾਂ ਗਾਲਾਂ ਕੱਢਣੀਆਂ? ਦੱਸੋ ਜੀ, ਕੀ ਸਿਖਾਉਂਦਾ ਗੁਰੂ? ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਤਾਂ ਨਹੀਂ ਨਾ ਸਿਖਾਉਂਦਾ, ਪਰ ਉਹ ਕਹਿੰਦੇ ਵੇਖੋ ਜੀ ਇਹ ਲਾਡਲੀਆਂ ਫੌਜਾਂ ਸੀ, ਅਸੀਂ ਤਾਂ ਇੱਦਾਂ ਹੀ ਕਰਾਂਗੇ। ਹੱਦ ਹੋ ਗਈ। ਜਿਹੜਾ ਪ੍ਰਚਾਰਕ ਸੱਚ ਬੋਲੇ, ਕਹਿੰਦੇ ਜੀ ਉਹਦਾ ਪ੍ਰੋਗਰਾਮ ਬੰਦ ਕਰ ਦਿਓ। ਮੈਂ ਤੁਹਾਡੇ ਕੋਲ ਇੱਥੇ ਪਤਾ ਕਿਵੇਂ ਆ ਗਿਆ? ਅੱਜ ਹੋ ਸਕਦਾ ਮੈਂ ਇੱਥੇ ਨਾ ਹੁੰਦਾ, ਮੇਰਾ ਪ੍ਰੋਗਰਾਮ ਸੀਗਾ ਸਨ ਬੋਨੀਫਾਚੋ। ਇਹੋ ਜਿਹੇ ਬੰਦਿਆਂ ਨੇ ਉਹ ਬੰਦ ਕਰਾ ਦਿੱਤਾ। ਮੈਂ ਕਿਹਾ ਵਿਹਲੇ ਸੀ, ਚਲੋ ਚੱਲਦੇ ਹਾਂ ਇੱਥੇ। ਤਾਂ ਮੈਂ ਰਿਕਾਰਡਿੰਗ ਹੋ ਰਹੀ ਕਹਿਣਾ ਚਾਹਾਂਗਾ, ਕਿੰਨੀ ਕੁ ਥਾਂ 'ਤੇ ਪ੍ਰੋਗਰਾਮ ਬੰਦ ਕਰਾ ਲਓਗੇ ਜੀ? ਠੀਕ ਹੈ, ਸਾਰੇ ਗੁਰਦੁਆਰਿਆਂ 'ਚ ਬੰਦ ਕਰ ਦੋਗੇ, ਯੂਟਿਊਬ ਤੋਂ ਕਿਵੇਂ ਹਟਾ ਲਓਗੇ, ਫੇਸਬੁੱਕ ਤੋਂ ਕਿਵੇਂ ਹਟਾ ਲਓਗੇ, ਵਟਸਐਪ ਤੋਂ ਕਿਵੇਂ ਹਟਾ ਲਓਗੇ? ਗੁਰਬਾਣੀ ਦੀ ਵਿਚਾਰ ਤਾਂ ਸੰਗਤ ਨੇ ਸੁਣੀ ਲੈਣੀ ਹੈ, ਕਿੰਨਾ ਕੁ ਪ੍ਰਚਾਰਕਾਂ ਦਾ ਮੂੰਹ ਬੰਦ ਕਰ ਲਓਗੇ? ਇਹ ਹੁਣ ਉਹ ਸਮੇਂ ਗਏ ਜਦੋਂ ਇਹ ਲੋਕ ਸੋਚਦੇ ਸੀ ਕਿ ਸੱਚ ਦੀ ਵਿਚਾਰ ਅਸੀਂ ਬਾਹਰ ਨਹੀਂ ਨਿਕਲਣ ਦੇਵਾਂਗੇ। ਪਰ ਜਿਨ੍ਹਾਂ ਨੇ ਸੱਚ ਦੀ ਵਿਚਾਰ ਨੂੰ ਸੁਣਨਾ, ਉਹਨਾਂ ਨੇ ਸੁਣ ਹੀ ਲੈਣਾ, ਹੁਣ ਰੋਕੀ ਨਹੀਂ ਜਾਣੀ ਹੈ ਸੱਚ ਦੀ ਵਿਚਾਰ। ਠੀਕ ਹੈ, ਕੁਝ ਕੁ ਜਗ੍ਹਾ ਦੇ ਉੱਤੇ ਪ੍ਰੋਗਰਾਮ ਬੰਦ ਕਰਵਾ ਦੋਗੇ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਪਰ ਸੱਚ ਦੀ ਵਿਚਾਰ ਜਿਹੜੀ ਹੈ ਨਾ, ਉਹ ਤਾਂ ਸੁਣ ਹੀ ਲੈਣੀ। ਤੁਸੀਂ ਲਾਲ ਬੱਤੀ ਵਾਲੀ ਗੱਡੀ ਵੇਖੀ ਹੋਏਗੀ, ਉਹ ਲਾਲ ਬੱਤੀ ਵਾਲੀ ਜਿਹੜੀ ਗੱਡੀ ਹੁੰਦੀ ਨਾ, ਜਦੋਂ ਸੜਕ 'ਤੇ ਜਾ ਰਹੀ ਹੋਵੇ ਨਾ, ਅਤੇ ਉਹ ਹੁਣ ਲਾਲ ਬੱਤੀ ਉਹਦੇ ਉੱਤੇ ਲੱਗੀ ਹੋਈ ਹੈ, ਇਹਦਾ ਮਤਲਬ ਕੀ ਹੈ? ਵੀ ਉਹ ਸਰਕਾਰੀ ਗੱਡੀ ਹੈ। ਅਤੇ ਉਹ ਜਦੋਂ ਲਾਲ ਬੱਤੀ ਜਗਦੀ ਹੋਵੇ ਅਤੇ ਅਗਲੀਆਂ ਗੱਡੀਆਂ ਆਪੇ ਪਾਸੇ ਹੁੰਦੀਆਂ ਜਾਂਦੀਆਂ ਨੇ, ਅਤੇ ਉਹ ਗੱਡੀ ਨਿਕਲਦੀ ਜਾਂਦੀ ਅੱਗੇ ਤੋਂ ਅੱਗੇ। ਕਿਉਂ? ਲਾਲ ਬੱਤੀ ਲੱਗੀ ਹੈ। ਉਹਦਾ ਭਾਵ ਇਹ ਹੈ ਵੀ ਇਹਦੇ ਪਿੱਛੇ ਸਰਕਾਰ ਦਾ ਹੱਥ ਹੈ, ਇਹ ਸਰਕਾਰੀ ਗੱਡੀ ਹੈ, ਸਾਰੇ ਉਹਨੂੰ ਅੱਗੇ ਜਾਲਣ ਦਿੰਦੇ ਨੇ, ਆਪਣੀਆਂ ਗੱਡੀਆਂ ਉਹ ਕਹਿੰਦੇ ਸੀ ਬਾਅਦ 'ਚ ਲੈ ਜਾਵਾਂਗੇ, ਪਹਿਲੇ ਇਹਨੂੰ ਨਿਕਲ ਜਾਣ ਦਿਓ। ਇੱਕ ਗੱਡੀ ਨਿਕਲ ਸਕਦੀ ਜਿਹਦੇ ਉੱਤੇ ਇੱਕ ਆਮ ਸਰਕਾਰ ਦਾ ਹੱਥ ਹੋਵੇ, ਅਤੇ ਜਿਸ ਸਿੱਖ ਦੇ ਉੱਤੇ, ਜਿਸ ਪ੍ਰਚਾਰਕ ਦੇ ਉੱਤੇ ਮੈਂ ਕਹਿੰਦਾ ਅਕਾਲ ਪੁਰਖ ਦਾ ਹੱਥ ਹੋਵੇ, ਜਿਹਨੂੰ ਅਕਾਲ ਪੁਰਖ ਦਾ ਥਾਪੜਾ ਮਿਲਿਆ ਹੋਵੇ, ਉਹਨੂੰ ਕਿਵੇਂ ਰੋਕ ਲਓਗੇ? ਜੇ ਇੱਕ ਆਮ ਜੀ ਗੱਡੀ ਨੂੰ ਨਹੀਂ ਰੋਕਿਆ ਜਾ ਸਕਦਾ, ਤਾਂ ਪ੍ਰਚਾਰਕਾਂ ਨੂੰ ਕਿਵੇਂ ਰੋਕ ਲਓਗੇ? ਜਿਹੜਾ ਵੀ ਸੱਚ ਦੀ ਵਿਚਾਰ ਕਰਦਾ ਨਾ, ਸੱਚ ਕਰਕੇ ਜਾਣਿਓ, ਗੁਰੂ ਸਵਾਰਿਓ, ਗੁਰੂ ਆਪ ਉਹਦਾ ਸਹਾਈ ਹੁੰਦਾ, ਗੁਰੂ ਆਪ ਉਹਦਾ ਸਹਾਈ ਹੁੰਦਾ, ਅਕਾਲ ਪੁਰਖ ਆਪ ਉਹਦਾ ਸਹਾਈ ਹੁੰਦਾ। ਕਿਉਂਕਿ ਅਸੀਂ ਗੱਲ ਉਹਦੀ ਕਰਨੀ ਹੈ, ਬਾਕੀ ਕੰਮ ਉਸ ਮਾਲਕ ਦਾ। ਮਾਲਕ ਨੇ ਇੰਨੀ ਗੱਲ ਆਖੀ, ਭਲਿਆ ਸੱਚ ਦੀ ਵਿਚਾਰ ਦੇਈ ਜਾ, ਬਾਕੀ ਮੇਰੇ 'ਤੇ ਛੱਡ ਦੇ। ਬਸ ਸੱਚ ਦੀ ਵਿਚਾਰ ਦੇਣੀ, ਸਮੇਂ ਸਿਰ ਸੱਚ ਬੋਲਣ ਦੀ ਗੱਲ ਕਰੀ, ਇਹ ਨਾ ਹੋਵੇ ਵੀ ਸਮਾਂ ਨਿਕਲ ਜਾਏਗਾ ਤਾਂ ਤੂੰ ਫਿਰ ਸੱਚ ਬੋਲੇਂਗਾ। ਸੱਚ ਸੁਣਾਏ ਸੀ, ਸੱਚ ਕੀ ਬੇੜਾ ਦੀ ਗੱਲ ਹੈ। ਨਾਲੇ ਮੇਰੇ ਪਾਤਸ਼ਾਹ ਨੇ ਇਹ ਵੀ ਗੱਲ ਆਖੀ, ਜਿਨ ਗੁਰ ਗੋਪਿਆ ਆਪਣਾ। ਹਾਂ, ਕਈ ਵਾਰੀ ਨਾ ਕਈ ਲੋਕ ਸਾਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਫਿਰ ਨਾ ਗੁਰਮਤ ਦੀ ਗੱਲ ਕਰਿਆ ਕਰੋ ਨਾ, ਐਵੇਂ ਵੇਖੋ ਤੁਹਾਡਾ ਵਿਰੋਧ ਹੁੰਦਾ, ਤੁਹਾਨੂੰ ਰੋਕਿਆ ਜਾਂਦਾ, ਪ੍ਰੋਗਰਾਮ ਤੁਹਾਨੂੰ ਛੱਡਣੇ ਪੈਂਦੇ ਨੇ, ਵੀ ਨਾ ਬੋਲਿਆ ਕਰੋ ਸੱਚ। ਮੈਂ ਕਿਹਾ ਠੀਕ ਹੈ ਭਰਾਵਾ, ਮੈਂ ਤਾਂ ਸੱਚ ਬੋਲਣਾ ਛੱਡ ਦਿਆਂ, ਪਰ ਜਿਹੜੀਆਂ ਲਾਹਨਤਾਂ ਮੈਨੂੰ ਪੈਣਗੀਆਂ ਮੈਂ ਉਹਨਾਂ ਤੋਂ ਕਿਵੇਂ ਬਚਾਂਗਾ? ਦੱਸ, ਅੰਦਰ ਰੱਬ ਬੈਠਾ ਹੈ ਨਾ, ਜ਼ਮੀਰ ਮਾਰ ਲਵਾਂ? ਜ਼ਮੀਰ ਮਾਰਨ ਦੇ ਨਾਲੋਂ ਤਾਂ ਮਰਨਾ ਚੰਗਾ, ਫਿਰ ਮਰਨਾ ਚੰਗਾ। ਆ ਜਿਹੜੇ ਲੋਕ ਪ੍ਰੋਗਰਾਮ ਰੋਕਣ ਆਉਂਦੇ ਆ, ਆਪਣੇ ਆਪ ਨੂੰ ਕੀ ਕਹਿੰਦੇ? ਅਸੀਂ ਬਾਬਾ ਜਰਨੈਲ ਸਿੰਘ ਦੇ ਮਾਰਗ ਦੇ ਉੱਤੇ ਤੁਰ ਰਹੇ ਹਾਂ, ਪਰ ਸੱਚ ਕਰਕੇ ਜਾਣਿਓ, ਬਾਬਾ ਜਰਨੈਲ ਸਿੰਘ ਤਾਂ ਆਪ ਕਹਿੰਦੇ ਹੁੰਦੇ ਸੀਗੇ ਵੀ ਜ਼ਮੀਰ ਦਾ ਮਰ ਜਾਣਾ ਅਸਲੀ ਮੌਤ ਹੈ, ਸਰੀਰ ਦਾ ਮਰ ਜਾਣਾ ਕਹਿੰਦੇ ਮੈਂ ਉਸ ਮੌਤ ਨੂੰ ਮੰਨਦਾ ਹੀ ਨਹੀਂ, ਉਹ ਤਾਂ ਆਪ ਕਹਿੰਦੇ ਸੀਗੇ। ਜੇ ਮੈਂ ਕਈ ਵਾਰੀ ਸੋਚਦਾ ਹੁੰਦਾ, ਜੇ ਉਹ ਅੱਜ ਕਿਤੇ ਹੁੰਦੇ ਨਾ ਬਾਬਾ ਜਰਨੈਲ ਸਿੰਘ ਜੀ, ਤਾਂ ਇਹੋ ਜਿਹੇ ਬੰਦਿਆਂ ਨੂੰ ਸਭ ਤੋਂ ਪਹਿਲਾਂ ਆਪ ਸੂਤ ਕਰਦੇ ਵੀ ਤੁਹਾਨੂੰ ਕੀ ਸਿਖਾਇਆ ਗੁਰੂ ਨੇ, ਤਾਂ ਕਿਹੜੇ ਪਾਸੇ ਨੂੰ ਤੁਰੇ ਹੋਏ ਹੋ ਤੁਸੀਂ?
ਤਾਂ ਗੁਰਬਾਣੀ ਨੇ ਆਖਿਆ, ਗੁਰਬਾਣੀ ਨੇ ਆਖਿਆ ਜਿਨ ਗੁਰ ਗੋਪਿਆ ਆਪਣਾ, ਜਿਨ੍ਹਾਂ ਨੇ ਆਪਣੇ ਗੁਰੂ ਦੀ ਗੱਲ ਨੂੰ ਛੁਪਾ ਲਿਆ, ਜਿਨ੍ਹਾਂ ਨੇ ਸੱਚ ਦੀ ਵਿਚਾਰ ਸਾਂਝੀ ਨਹੀਂ ਕੀਤੀ, ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਕਹਿੰਦੇ ਉਹ ਨਰ, ਉਹ ਮਨੁੱਖ ਅੱਤ ਦਾ ਬੁਰਾ ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਸਾਂਝੀ ਨਹੀਂ ਕਰਦਾ। ਹਰ ਜੀਓ ਤਿਸਕਾ ਦਰਸ਼ਨ ਨਾ ਕਰੋ ਪਾਪਿਸਟ ਹਥਿਆਰੀ। ਰੱਬ ਜੀ ਕਹਿੰਦੇ, ਗੁਰੂ ਜੀ ਕਹਿੰਦੇ, ਮੈਂ ਇਹੋ ਜਿਹੇ ਬੰਦੇ ਦੀ ਸ਼ਕਲ ਤੱਕ ਨਹੀਂ ਵੇਖਣੀ ਚਾਹੁੰਦਾ। ਇਹ ਪਾਪੀ ਹੈ, ਇਹ ਹਥਿਆਰਾ ਹੈ, ਇਹਨੇ ਗੁਰੂ ਦੀ ਗੱਲ ਛੁਪਾ ਲਈ, ਇਹਨੇ ਸੱਚ ਦੀ ਵਿਚਾਰ ਦੁਨੀਆਂ ਦੇ ਲੋਕਾਂ ਦੇ ਨਾਲ ਸਾਂਝੀ ਨਹੀਂ ਕੀਤੀ ਹੈ। ਗੌਰ ਕਰਿਓ ਗੁਰੂ ਸਵਾਰਿਓ, ਕਈ ਵਾਰ ਨਾ ਤੁਸੀਂ ਆਸਾ ਕੀ ਵਾਰ ਦੀ ਪਾਵਨ ਬਾਣੀ ਦਾ ਕੀਰਤਨ ਸੁਣਿਆ ਹੋਵੇਗਾ, ਪੜ੍ਹੀ ਵੀ ਹੋਵੇਗੀ। ਇੱਕ ਸ਼ਲੋਕ ਆਉਂਦਾ ਧੰਨ ਗੁਰੂ ਨਾਨਕ ਸਾਹਿਬ ਦਾ, ਜਿੱਥੇ ਉਹ ਕਹਿੰਦੇ ਨੇ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ। ਹੁਣ ਇਹ ਸ਼ਲੋਕ ਉਚਾਰਨ ਕੀਤਾ ਗਿਆ ਵੈਸੇ ਪੰਡਿਤ ਦੇ ਬਾਰੇ ਦੇ ਵਿੱਚ, ਪੰਡਿਤ ਦੇ ਬਾਰੇ ਵਿੱਚ ਵੀ ਪੰਡਿਤ ਨੇ ਧਾਰਮਿਕ ਪਹਿਰਾਵਾ ਪਾਇਆ, ਜਨੇਊ ਪਾਇਆ, ਮੱਥੇ 'ਤੇ ਤਿਲਕ ਲਾਇਆ, ਧੋਤੀ ਪਾਈ ਹੈ, ਬੋਧੀ ਉਹਨੇ ਰੱਖੀ ਹੋਈ ਹੈ। ਅਤੇ ਗੁਰੂ ਸਾਹਿਬ ਕਹਿੰਦੇ ਵੀ ਤੂੰ ਬਾਹਰੋਂ ਤਾਂ ਆਪਣੇ ਆਪ ਨੂੰ ਬੜਾ ਧਰਮੀ ਪੇਸ਼ ਕਰੀ ਜਾਂਦਾ ਹੈ, ਪਰ ਤੇਰੀਆਂ ਕਰਤੂਤਾਂ ਕਿਹੋ ਜਿਹੀਆਂ ਨੇ? ਲੱਖ ਚੋਰੀਆਂ ਲੱਖ ਯਾਰੀਆਂ। ਅੱਛਾ, ਇੱਥੇ ਹੁਣ ਕੋਈ ਪੰਡਿਤ ਨਹੀਂ ਬੈਠਾ ਅਤੇ ਨਾ ਇਹ ਵੀਡੀਓ ਕਿਸੇ ਪੰਡਿਤ ਨੇ ਵੇਖਣੀ ਹੈ ਜਿਹੜੀ ਰਿਕਾਰਡ ਹੋ ਰਹੀ ਹੈ। ਕੀ ਇਹ ਪ੍ਰਮਾਣ ਕੇਵਲ ਪੰਡਿਤ ਵਾਸਤੇ ਹੈ? ਗੁਰਬਾਣੀ ਦਾ ਵਾਕ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਹ ਗੁਰਬਾਣੀ ਦੀ ਵਿਚਾਰ ਹੈ ਨਾ, ਇਹ ਸਾਰਿਆਂ ਵਾਸਤੇ ਸਾਂਝੀ ਹੈ, ਕੁੱਲ ਮਨੁੱਖਤਾ ਦੇ ਵਾਸਤੇ ਸਾਂਝੀ ਹੈ। ਗੱਲ ਮੇਰੇ 'ਤੇ ਵੀ ਆਵੇਗੀ, ਗੱਲ ਤੁਹਾਡੇ 'ਤੇ ਵੀ ਆਵੇਗੀ। ਜਦੋਂ ਗੁਰੂ ਸਾਹਿਬ ਕਹਿੰਦੇ ਹੁਣ ਮੇਰੇ ਵਰਗੇ ਨੇ ਦਸਤਾਰ ਬੰਨ੍ਹੀ ਹੈ, ਦਮਾਲਾ ਬੰਨ੍ਹਿਆ, ਚੋਲਾ ਪਾਇਆ, ਉੱਤੋਂ ਗਾਤਰਾ ਪਾਇਆ, ਪੰਜ ਕਕਾਰਾਂ ਦਾ ਧਾਰਨੀ ਹੈ, ਆਪਣੇ ਆਪ ਨੂੰ ਕਹਿ ਰਿਹਾ ਮੈਂ ਖਾਲਸਾ ਮੈਂ ਸਿੱਖ, ਤਾਂ ਗੁਰੂ ਸਾਹਿਬ ਮੇਰੇ ਵੱਲ ਵੀ ਇਸ਼ਾਰਾ ਕਰਕੇ ਕਹਿਣਗੇ ਉਹ ਭਲਿਆ ਝਾਤੀ ਮਾਰੀ ਜਰਾ, ਲੱਖ ਚੋਰੀਆਂ, ਕਿਤੇ ਚੋਰੀਆਂ ਤਾਂ ਨਹੀਂ ਕਰਦਾ? ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ, ਕਿਤੇ ਝੂਠ ਤਾਂ ਨਹੀਂ ਬੋਲਦਾ? ਪਰ ਸੱਚ ਕਰਕੇ ਜਾਣਿਓ, ਸਭ ਤੋਂ ਵੱਧ ਝੂਠ ਬੋਲਣ ਵਾਲੇ ਅੱਜ ਬੈਠੇ ਹੀ ਧਾਰਮਿਕ ਪਹਿਰਾਵਿਆਂ ਦੇ ਵਿੱਚ ਨੇ, ਸਭ ਤੋਂ ਵੱਧ ਝੂਠ। ਯੂਟਿਊਬ ਤੋਂ ਕਥਾ ਚੁੱਕਣਗੇ, ਉਹਦੀ ਕੱਟ ਵੱਟ ਕਰਨਗੇ, ਕੋਈ ਪੀਸ ਕਿਤੇ ਜੋੜਨਗੇ, ਕੋਈ ਪੀਸ ਕਿਤੇ ਜੋੜਨਗੇ, ਫਿਰ ਆ ਕੇ ਪ੍ਰਬੰਧਕ ਕਮੇਟੀ ਨੂੰ ਵਿਖਾਉਂਦੇ ਨੇ, ਵੇਖੋ ਜੀ ਇਹ ਫਲਾਣਾ ਪ੍ਰਚਾਰਕ ਜਿਹੜਾ ਹੈ ਨਾ ਇਹ ਗੁਰਬਾਣੀ ਤੋਂ ਉਲਟ ਬੋਲਦਾ। ਐਡੀਟਿੰਗ ਕਰਤੀ ਨਾ ਵੀਡੀਓ ਦੀ, ਐਡੀਟਿੰਗ ਕਰਕੇ ਲਿਆ ਕੇ ਕਮੇਟੀ ਨੂੰ ਵਿਖਾਤੀ, ਵੇਖੋ ਜੀ ਪ੍ਰੋਗਰਾਮ ਇਹਦਾ ਰੋਕਿਆ ਜਾਂਦਾ, ਕਿਉਂ? ਇਹ ਜੀ ਗੁਰਬਾਣੀ ਤੋਂ ਉਲਟ ਬੋਲਦਾ। ਗੱਲ ਗੁਰਬਾਣੀ ਦੀ ਕੀਤੀ ਹੁੰਦੀ ਹੈ ਪਰ ਕੱਟ ਵੱਟ ਕੀਤੀ ਅਤੇ ਝੂਠ ਬੋਲਿਆ। ਕਿੱਥੇ ਆ ਕੇ ਝੂਠ ਬੋਲਿਆ? ਗੁਰਦੁਆਰੇ ਦੇ ਵਿੱਚ ਆ ਕੇ ਝੂਠ ਬੋਲਿਆ। ਵੈਸੇ ਤਾਂ ਬਾਹਰ ਵੀ ਝੂਠ ਨਹੀਂ ਬੋਲਣਾ ਚਾਹੀਦਾ, ਪਰ ਇਹ ਲੋਕ ਗੁਰੂ ਸਾਹਿਬ ਦੀ ਹਜ਼ੂਰੀ 'ਚ ਆ ਕੇ ਵੀ ਝੂਠ ਬੋਲਦੇ ਨੇ, ਅਤੇ ਉੱਤੋਂ ਪਹਿਰਾਵਾ ਕਿਹੜਾ ਜਿਹਨੂੰ ਧਾਰਮਿਕ ਪਹਿਰਾਵਾ ਕਿਹਾ ਜਾਂਦਾ? ਧਾਰਮਿਕ ਪਹਿਰਾਵਾ ਅਤੇ ਲੱਖ ਕੂੜੀਆਂ ਝੂਠ, ਲੱਖ ਗਾਲ, ਲੱਖ ਚੋਰੀਆਂ, ਪੜ੍ਹੋ ਜੀ, ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ। ਲੱਖਾਂ ਗਾਲਾਂ ਵੀ ਤਾਂ ਕੱਢਦੇ ਹੀ ਨੇ, ਲੱਖਾਂ ਗਾਲਾਂ ਵੀ ਤਾਂ ਕੱਢਦੇ ਨੇ। ਅੱਛਾ, ਤੁਸੀਂ ਕਿਸੇ ਪ੍ਰਚਾਰਕ ਨੂੰ ਮਾੜਾ ਕਹਿਣਾ ਹੈ, ਬੇਸ਼ੱਕ ਕਹਿ ਲਓ, ਕੋਈ ਗੱਲ ਨਹੀਂ, ਪਰ ਅਗਲੇ ਦੀ ਮਾਂ ਨੂੰ ਕਿਉਂ ਗਾਲ ਕੱਢਦੇ ਹੋ? ਅਗਲੇ ਦੀ ਭੈਣ ਨੂੰ ਕਿਉਂ ਗਾਲ ਕੱਢਦੇ ਹੋ? ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਾਂ ਗੁਰਬਾਣੀ ਨੇ ਸਾਨੂੰ ਇਹ ਸਿਖਾਇਆ? ਅੱਜ ਇਹ ਕਿਰਦਾਰ ਹੈ, ਹੁਣ ਕੋਈ ਦੂਜੀ ਕੌਮ ਵਾਲਾ ਵੇਖੇ ਜਾਂ ਸਾਡੇ ਬੱਚੇ ਵੇਖਣ ਵੀ ਆਹ ਬੰਦਾ ਕਿਆ ਪਹਿਰਾਵਾ ਪਾਇਆ ਅਤੇ ਹਰਕਤਾਂ ਵੇਖੋ ਜਰਾ। ਗੁਰੂ ਨੂੰ ਕਹਿਣਾ ਪਏਗਾ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੀ ਨਾਲ। ਇਹ ਦਿਨ ਰਾਤ ਇਹ ਸਭ ਕੁਝ ਜਿਹੜਾ ਹੈ ਨਾ ਉਹ ਜੀਵਨ 'ਚ ਚੱਲਦਾ ਪਿਆ। ਪਾਤਸ਼ਾਹ ਕਹਿੰਦੇ ਭਲਿਆ ਜੇ ਤੇਰੇ ਜੀਵਨ 'ਚ ਠੱਗੀਆਂ ਨੇ, ਜੇ ਬੇਈਮਾਨੀਆਂ ਨੇ, ਜੇ ਤੂੰ ਕੂੜ ਬੋਲਦਾ, ਗਾਲਾਂ ਕੱਢਦਾ, ਸੱਚ ਕਰਕੇ ਜਾਣੀ ਤੂੰ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੋ ਸਕੇਗਾ। ਇਹ ਗੱਲ ਮੇਰੇ ਵਾਸਤੇ ਵੀ ਹੈ, ਇਹ ਗੱਲ ਸਾਡੇ ਸਾਰਿਆਂ ਵਾਸਤੇ ਵੀ ਹੈ। ਤਾਂ ਪਾਤਸ਼ਾਹ ਕਹਿੰਦੇ ਜਿਹੜਾ ਰੱਬੀ ਬਾਣੀ ਨਾਲ ਜੁੜ ਜਾਵੇ ਨਾ ਉਹਦੇ ਅੰਦਰੋਂ ਸਭ ਤੋਂ ਪਹਿਲੀ ਗੱਲ ਨਿਕਲ ਜਾਂਦੀ ਹੈ, ਜਲਨ ਬੁਝੀ, ਉਹਦੇ ਅੰਦਰੋਂ ਜਲਨ ਤੇ ਬੁਝ ਜਾਂਦੀ ਹੈ। ਜਲਨ ਬੁਝੀ ਤੇ ਹੁੰਦਾ ਕੀ ਹੈ ਜੀ? ਸ਼ੀਤਲ ਹੋਏ ਮਨੂਆ, ਉਹਦਾ ਮਨ ਜਿਹੜਾ ਹੈ ਨਾ ਉਹ ਸ਼ੀਤਲ ਹੋ ਜਾਂਦਾ, ਠੰਡਾ ਠਾਰ ਹੋ ਜਾਂਦਾ, ਫਿਰ ਉਹ ਬੰਦਾ ਕਿਸੇ ਨੂੰ ਕਬੂਲ ਨਹੀਂ ਬੋਲੇਗਾ, ਉਹ ਝੂਠ ਨਹੀਂ ਬੋਲੇਗਾ, ਉਹ ਬੇਈਮਾਨੀ ਨਹੀਂ ਕਰੇਗਾ, ਉਹ ਠੱਗੀ ਨਹੀਂ ਮਾਰੇਗਾ। ਜਲਨ ਬੁਝੀ, ਅਗਲੀ ਗੱਲ ਸ਼ੀਤਲ ਹੋਏ
ਮਨੁਆ ਮਨ ਸ਼ੀਤਲ ਹੋ ਗਿਆ। ਕਹਿੰਦੇ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਇਹ ਦੋ ਗੱਲਾਂ ਆ ਗਈਆਂ ਨਾ, ਗੌਰ ਨਾਲ ਸੁਣਿਓ ਆਖਰੀ ਗੱਲ ਹੁਣ, ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਕਹਿੰਦੇ ਇਸ ਨੂੰ ਆਖਿਆ ਜਾਂਦਾ ਵੀ ਸਤਿਗੁਰੂ ਦਾ ਦਰਸ਼ਨ ਪਾ ਲੈਣਾ। ਅਸੀਂ ਸਤਿਗੁਰੂ ਦਾ ਦਰਸ਼ਨ ਕਿਹਨੂੰ ਕਹਿੰਦੇ ਹਾਂ? ਆਪਾਂ ਗੁਰਦੁਆਰੇ ਆਏ, ਮੱਥਾ ਟੇਕਿਆ, ਅਸੀਂ ਕਿਹਾ ਜੀ ਵੇਖੋ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ ਅਤੇ ਅਸੀਂ ਸਤਿਗੁਰੂ ਦਾ ਦਰਸ਼ਨ ਕਰ ਲਿਆ, ਅਸੀਂ ਇਹੀ ਕਹਾਂਗੇ ਨਾ। ਪਰ ਗੁਰੂ ਸਾਹਿਬ ਨੇ ਆਖਿਆ ਇਹ ਤਾਂ ਤੂੰ ਇਹਨਾਂ ਅੱਖਾਂ ਨਾਲ ਵੇਖਿਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ, ਇਹ ਅਸਲ 'ਚ ਇਹ ਦਰਸ਼ਨ ਨਹੀਂ, ਇਹ ਤਾਂ ਤੂੰ ਵੇਖ ਲਿਆ, ਇਹ ਦਰਸ਼ਨ ਨਹੀਂ। ਦਰਸ਼ਨ ਕਿਵੇਂ ਹੋਣੇ ਨੇ? ਪਾਤਸ਼ਾਹ ਨੇ ਆਖਿਆ ਸਤਿਗੁਰ ਨੌ ਸਭ ਕੋ ਵੇਖਦਾ। ਵੈਸੇ ਤਾਂ ਸਾਰਾ ਜਗਤ ਹੀ ਸਾਰਾ ਸੰਸਾਰ ਹੀ ਸਤਿਗੁਰੂ ਨੂੰ ਵੇਖੀ ਜਾਂਦਾ। ਸਤਿਗੁਰ ਨੌ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਪਰ ਅਗਲੀ ਗੱਲ ਕੀ ਹੈ ਜੀ, ਪੜ੍ਹੋ ਨਾ। ਡਿੱਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਅਸਲ ਵਿੱਚ ਗੁਰੂ ਦਾ ਦਰਸ਼ਨ ਕੀ, ਤੈਨੂੰ ਸ਼ਬਦ ਦੀ ਵਿਚਾਰ ਕਰਨੀ ਆ ਜਾਵੇ। ਸ਼ਬਦ ਵਿਚਾਰ ਦਾ ਮਤਲਬ ਕੇਵਲ ਇਹ ਨਹੀਂ ਹੈ ਵੀ ਇੱਕ ਸ਼ਬਦ ਲਿਆ ਅਤੇ ਉਹਦੇ ਅਰਥ ਪੜ੍ਹ ਲਏ। ਸ਼ਬਦ ਵਿਚਾਰ ਦਾ ਭਾਵ ਜੋ ਗੁਰੂ ਨੇ ਸ਼ਬਦ 'ਚ ਸਮਝਾਇਆ ਉਹ ਵਿਚਾਰ ਤੇਰੇ ਜੀਵਨ ਵਿੱਚ ਆ ਜਾਵੇ, ਤੂੰ ਸ਼ਬਦ ਦੇ ਅਕੋਰਡਿੰਗ ਆਪਣੇ ਜੀਵਨ ਨੂੰ ਤੋਰ ਲਵੇਂ। ਇਹ ਹੈ ਅਸਲ ਦੇ ਵਿੱਚ ਸਤਿਗੁਰੂ ਦਾ ਦਰਸ਼ਨ, ਇਹਨੂੰ ਕਿਹਾ ਜਾਂਦਾ ਸਤਿਗੁਰੂ ਦਾ ਦਰਸ਼ਨ। ਤਾਂ ਗੌਰ ਕਰਿਓ, ਪਾਤਸ਼ਾਹ ਨੇ ਆਖਿਆ ਜਲਨ ਬੁਝੀ ਸ਼ੀਤਲ ਹੋਏ ਮਨੁਆ। ਜਿਸ ਮਨੁੱਖ ਦੇ ਅੰਦਰੋਂ ਜਲਨ ਬੁਝ ਗਈ, ਜਿਹਦਾ ਮਨ ਠੰਡਾ ਠਾਰ ਸ਼ੀਤਲ ਹੋ ਗਿਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਉਹ ਅਸਲ ਵਿੱਚ ਉਸ ਮਨੁੱਖ ਨੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ ਜਿਹਨੇ ਆਪਣੇ ਜੀਵਨ ਨੂੰ ਸਵਾਰ ਲਿਆ, ਜਿਹਨੇ ਆਪਣੇ ਜੀਵਨ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਆਉਂਦਾ, ਉਹਨੇ ਕੀਤਾ ਸਤਿਗੁਰੂ ਦਾ ਦਰਸ਼ਨ। ਪਰ ਜੇ ਸਾਡੇ ਜੀਵਨ ਦੇ ਅੰਦਰ ਜਲਨ ਹੈ, ਸਾੜਾ ਹੈ, ਭਾਵੇਂ ਅਸੀਂ ਰੋਜ਼ ਗੁਰਦੁਆਰੇ ਆਉਂਦੇ ਹੋਈਏ, 10-10 ਵਾਰੀ ਭਾਵੇਂ ਆਪਾਂ ਮੱਥੇ ਟੇਕਦੇ ਹੋਈਏ, ਤਾਂ ਫਿਰ ਉੱਥੇ ਵੀ ਪਾਤਸ਼ਾਹ ਨੂੰ ਕਹਿਣਾ ਪਏਗਾ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਉਹ ਭਲਿਆ ਸਤਿਗੁਰੂ ਨਾਲ ਤੇਰਾ ਪਿਆਰ ਨਹੀਂ ਪਿਆ ਅਤੇ ਤੇਰਾ ਸੱਚੇ ਸਤਿਗੁਰੂ ਦੇ ਉੱਤੇ ਭਰੋਸਾ ਨਹੀਂ ਵੱਜਾ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ, ਭਾਵੇਂ ਤੂੰ 100 ਗੇੜੇ ਮਾਰ ਲੈ ਪਰ ਇਹਦੇ ਨਾਲ ਕੁਝ ਨਹੀਂ ਹੋਣਾ। ਤੈਨੂੰ ਚਾਹੀਦਾ ਕਿ ਭਲਿਆ ਤੂੰ ਸੱਚ ਦੀ ਵਿਚਾਰ ਨੂੰ ਆਪਣੇ ਜੀਵਨ ਦੇ ਅੰਦਰ ਲੈ ਕੇ ਆ। ਜਦੋਂ ਸੱਚ ਦੀ ਵਿਚਾਰ ਤੇਰੇ ਜੀਵਨ 'ਚ ਆਏਗੀ, ਇਹ ਰੱਬੀ ਗੁਣ ਤੇਰੇ ਜੀਵਨ 'ਚ ਆਉਣਗੇ, ਤਾਂ ਜੀਵਨ ਸਵਰ ਸਕਦਾ। ਕੇਵਲ ਪਹਿਰਾਵੇ ਦੇ ਨਾਲ ਕੁਝ ਨਹੀਂ ਬਣਨਾ, ਕੇਵਲ ਹੂੜ ਮੱਤ ਵਾਲੀਆਂ ਹਰਕਤਾਂ ਜਿਹੜੀਆਂ ਨੇ ਉਹ ਕਰਨ ਦੇ ਨਾਲ ਕੁਝ ਨਹੀਂ ਬਣਨਾ। ਸੋ ਆਓ ਗੁਰੂ ਸਵਾਰਿਓ, ਆਪਾਂ ਵੀ ਆਪ ਗੁਰਬਾਣੀ ਨੂੰ ਪੜ੍ਹੀਏ, ਸਹਿਜ ਪਾਠ ਕਰੀਏ, ਗੁਰਬਾਣੀ ਦੇ ਅਰਥਾਂ ਨੂੰ ਵਿਚਾਰਨ ਦਾ ਯਤਨ ਕਰੀਏ। ਕਿਉਂਕਿ ਆਪ ਬਾਣੀ ਪੜ੍ਹਾਂਗੇ ਨਾ ਗੱਲ ਫਿਰ ਹੀ ਬਣਨੀ, ਜਦੋਂ ਤੱਕ ਅਸੀਂ ਆਪ ਬਾਣੀ ਨਹੀਂ ਪੜ੍ਹਦੇ ਤਦ ਤੱਕ ਕੁਝ ਨਹੀਂ ਹੋਣਾ। ਸੋ ਗੁਰੂ ਸਵਾਰਿਓ, ਵੀਰ ਜੀ ਹੋਣਾ ਨੇ ਆਖਿਆ ਸੀ ਵੀ ਤੁਹਾਡੇ ਨਾਲ ਕੁਝ ਕੁ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ। ਸੋ ਗੁਰਮਤਿ ਦੀਆਂ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ, ਬੇਅੰਤ ਭੁਲਾਂਗਲਤੀਆਂ ਦੀ ਖਿਮਾ, ਸਭਨਾਂ ਦਾ ਧੰਨਵਾਦ, ਸ਼ੁਕਰਾਨਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।